ਰਾ ਉਹ ਆਪਾਂ ਜਿਹੜੀ 711 ਵਾਲੀ ਇਨਸੀਡੈਂਟ ਆ ਉਸ ਦੀ ਅਪਡੇਟ ਵੀ ਕਰਾਂਗੇ ਉਸ ਤੋਂ ਪਹਿਲਾਂ ਇੱਕ ਹੋਰ ਖਬਰ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿਉਂਕਿ ਉਸ ਬਾਬਤ ਵੀ ਡਿਸਟ੍ਰਿਕਟ ਅਟਰਨੀ ਨੇ ਬਹੁਤ ਵੱਡਾ ਜਿਹੜਾ ਉਹ ਬਿਆਨ ਦਿੱਤਾ ਆ ਉਸ ਬਾਰੇ ਜਾਣਕਾਰੀ ਦੇਵਾਂਗੇ ਇਸ ਤੋਂ ਪਹਿਲਾਂ ਇੱਕ ਹੋਰ ਡਿਸਟ੍ਰਿਕਟ ਅਟਰਨੀ ਆ ਉਹਨਾਂ ਦੀ ਗੱਲ ਕਰਦੇ ਚਾਹੀਏ ਆ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਤੇ ਜਿਹੜੇ ਉਹਦੇ ਵਿੱਚ ਕਹਿੰਦੇ ਵੀ ਜਿਹੜੇ ਸੈਕਰਾਮੈਂਟੋ ਦੇ ਡਿਸਟ੍ਰਿਕਟ ਅਟਰਨੀ ਆ ਉਹਨਾਂ ਨੇ ਹੁਣ ਚੇਤਾਵਨੀ ਦਿੱਤੀ ਆ ਧਮਕੀ ਦੇ ਦਿੱਤੀ ਆ ਕਹਿੰਦੇ ਵੀ ਉਹ ਸਿਟੀ ਦੇ ਅਧਿਕਾਰੀਆਂ ਦੇ ਉਲਟ ਉਹ ਚਾਰਜਸ ਫਾਈਲ ਕਰ ਸਕਦੇ ਆ ਜਿੱਦਾਂ ਉਹਨਾਂ ਨੇ ਹੋਮਲੈਸਨੈਸ ਦੀ ਸਿਚੁਏਸ਼ਨ ਨੂੰ ਸਾਂਭਿਆ ਆ ਉਸ ਨੂੰ ਦੇਖਿਆ ਆ ਜਿੱਦਾਂ ਉਹ ਕ੍ਰਾਈਸਿਸ ਨੂੰ ਉਹਨਾਂ ਨੇ ਹੈਂਡਲ ਕੀਤਾ ਆ ਕਿੰਨੇ ਲੀਨਿਐਟ ਆ ਜਿਹੜੇ ਸਿਟੀ ਆਫੀਸ਼ੀਅਲਸ ਆ ਉਹ ਬਹੁਤ ਲੀਨਿਐਟ ਹੈਗੇ ਆ ਐਕਸ਼ਨ ਨਹੀਂ ਲੈ ਰਹੇ ਹੈਗੇ ਹੋਮਲੈਸਨੈਸ ਨੂੰ ਖਤਮ ਕਰਨ ਦੇ ਲਈ ਜਾਂ ਉੱਥੋਂ ਜਿਹੜੇ ਲੋਕ ਹੋਮਲੈਸ ਲੋਕ ਆ ਆਪਣੇ ਟੈਂਟ ਲਾ ਰਹੇ ਉਹਨਾਂ ਨੂੰ ਮੂਵ ਕਰਨ ਦੇ ਲਈ ਡਿਸਟ੍ਰਿਕਟ ਅਧਿਨੇਥੀਨ ਹੋ ਉਹਨਾਂ ਨੇ ਇਹ ਤਮਕੀ ਦਿੱਤੀ ਕਿ ਇਹ ਕ੍ਰਿਮੀਨਲ ਚਾਰਜਸ ਪ੍ਰੈਸ ਕਰਨਗੇ ਸਿਟੀ ਅਧਿਕਾਰੀਆਂ ਦੇ ਉਲਟ ਜਿਹੜੇ ਸਟੇਟ ਪਬਲਿਕ ਨਿਊਸੈਂਸ ਲਾਜ਼ ਆ ਉਸ ਦੇ ਅਧੀਨ ਜੇ ਉਹਨਾਂ ਨੇ ਅਗਲੇ 30 ਦਿਨਾਂ ਦੇ ਵਿੱਚ ਕੋਈ ਚੇਂਜਸ ਆ ਤਬਦੀਲੀਆਂ ਆ ਉਹ ਨਹੀਂ ਲੈ ਕੇ ਆਉਂਦੀਆਂ ਕਹਿੰਦੇ ਵੀ ਜਿਹੜੀ ਡੇ ਟਾਈਮ ਕੈਂਪਿੰਗ ਬੈਨ ਆ ਜਿਸੇ ਹੋਮਲੈਸ ਲੋਕ ਰਹਿ ਰਹੇ ਆ ਉਸ ਨੂੰ ਲੈ ਕੇ ਏ ਸੁਰੇਸ਼ ਸ਼ੇਵ ਜੀ ਤੋਂ ਰਾਤ ਦੇ 9 ਵਜੇ ਤੱਕ ਜਿਹੜੇ ਆਪਣੇ ਹੋਮਲੈਸ ਲੋਕਾਂ ਦਾ ਸਟੋਰੇਜ ਆ ਉਹਨੂੰ ਜਿਹੜਾ ਪਰੇ ਕਰਕੇ ਰੱਖਣਾ ਆ ਆ ਚਾਹੀਦਾ 222 ਦੇ ਵਿੱਚ ਡਿਸਟ੍ਰਿਕਟ ਕਟਰਨੀ ਸੀਨ ਹੋ ਉਹ ਜਿੱਤੇ ਸੀਗੇ ਤੇ ਉਹਨਾਂ ਨੇ ਕੈਂਪੇਨ ਟ੍ਰੇਲ ਦੇ ਉੱਤੇ ਵੀ ਵੋਟਰਸ ਨੂੰ ਇਹ ਵਾਦਾ ਕੀਤਾ ਸੀਗਾ ਵੀ ਹੋਮਲੈਸਨੈਸ ਦੀ ਜਿਹੜੀ ਕ੍ਰਾਈਸਿਸ ਆ ਉਸ ਦੇ ਉੱਤੇ ਕੰਮ ਕਰਨਗੇ ਸੋ ਇਹ ਕਾਫੀ ਵੱਡੀ ਕਹਿ ਸਕਦੇ ਆ ਚੇਤਾਵਨੀ ਉਥੋਂ ਦੇ ਡਿਸਟ੍ਰਿਕਟ ਕਟਰਨੀ ਨੇ ਜਿਹੜੀ ਉਹ ਦਿੱਤੀ ਆ ਕਈ ਵਾਰੀ ਜਿਹੜੇ ਅਧਿਕਾਰੀ ਆ ਪ੍ਰਸ਼ਾਸਨ ਵਾਲੇ ਆ ਉਹ ਇਹਨਾਂ ਦੇ ਕੰਨ ਤੇ ਜੂ ਨਹੀਂ ਸਕਦੀ ਜਿੰਨੀ ਦੇਰ ਤੱਕ ਕੁਝ ਅਜਿਹਾ ਨਾ ਕੀਤਾ ਜਾਵੇ ਨਾਲ ਹੀ ਡਿਸਟ੍ਰਿਕਟ ਅਧਿਥੀਨ ਹੋ ਉਹਨਾਂ ਨੇ ਕਿਹਾ ਆ ਉਹ ਚਾਹੁੰਦੇ ਆ ਵੀ ਜਿਹੜੇ ਸਿਟੀ ਦੇ ਵਿੱਚ 16 ਇਨ ਕੈਂਪਮੈਂਟਸ ਇਸ ਟਾਈਮ ਸਿਟੀ ਦੇ ਅਧਿਕਾਰ ਖੇਤਰ ਦੇ ਵਿੱਚ ਸਿਟੀ ਲਿਮਿਟਸ ਦੇ ਵਿੱਚ ਲੱਗੀਆਂ ਹੋਈਆਂ ਆ ਉਹਨਾਂ ਨੂੰ ਵੀ ਕਲੀਅਰ ਕਰੇ ਤੇ 24 ਘੰਟੇ ਦੇ ਸ਼ੈਲਟਰ ਬੈੱਡ ਆ ਜਿਹੜੇ ਹਜ਼ਾਰਾਂ ਲੋਕਾਂ ਨੂੰ ਇਸ ਟਾਈਮ ਸਟ੍ਰੀਟਸ ਦੇ ਉੱਤੇ ਸੌਣਾ ਪੈਂਦਾ ਆ ਉਹਨਾਂ ਦੇ ਲਈ ਉਸ ਨੂੰ ਵੀ ਓਪਨ ਕਰਨਾ ਬਿਜ਼ਨੈਸ ਲੋਕ ਤੇ ਸਾਰੇ ਜਾਣੇ ਇਸ ਟਾਈਮ ਹੋਮਲੈਸਨੈਸ ਕ੍ਰਾਈਸਿਸ ਤੋਂ ਤੰਗ ਪਰੇਸ਼ਾਨ ਜਿਹੜੇ ਆ ਉਹ ਆ ਚੁੱਕੇ ਉਹ ਕਹਿੰਦੇ ਵੀ ਇਹਨਾਂ ਦੇ ਇਨ ਡਿਸੀਜਨਸ ਤੇ ਜਿਹੜੇ ਲੋਕਲ ਡਿਸੀਜਨ ਇਹਨਾਂ ਨੇ ਖੁਦ ਲਏ ਆ ਉਸ ਦੇ ਨਾਲ ਹਾਲਾਤ ਬੱਤ ਤੋਂ ਵੱਤਰ ਜਿਹੜੇ ਆ ਉਹ ਹੁੰਦੇ ਜਾ ਰਹੇ ਆ ਇਸ ਦੇ ਜਵਾਬ ਵਿੱਚ ਸੈਕਰਮੈਂਟੋ ਦੇ ਮੇਅਰ ਜਿਹੜੇ ਡੈਰਲ ਸਟਾਈਨਬਰਗ ਆ ਉਹਨਾਂ ਦੇ ਵੀ ਸਿੰਘ ਜਿਹੜੇ ਅਥੀਨ ਹੋ ਦੇ ਨਾਲ ਫਸੇ ਆ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਅੱਜ ਡਿਸਟ੍ਰਿਕਟ ਅਟਾਰਨੀ ਨੂੰ ਇਸ ਮਾਮਲੇ ਨੂੰ ਰਾਜਨੀਤਿਕ ਰੰਗਤ ਦੇਣ ਦਾ ਜਿਹੜਾ ਦੋਸ਼ ਆ ਉਹ ਲਾਇਆ ਤੇ ਉਹਨਾਂ ਨੇ ਕਿਹਾ ਵੀ ਉਹ ਸਿਟੀ ਦੇ ਨਾਲ ਕੰਮ ਕਰਕੇ ਰਾਜੀ ਨਹੀਂ ਹੈਗੇ ਸੋ ਕਹਿੰਦੇ ਵੀ ਉਹ ਰਿਸਪਾਂਸਿਬਿਲਟੀ ਆਪਣੀ ਡਿਫਲੈਕਟ ਕਰ ਰਹੇ ਆ ਜਿਹੜੇ ਸਿਟੀ ਨੇ ਪ੍ਰੋਗਰਾਮ ਇਨੀਸ਼ੀਏਟ ਕੀਤੇ ਆ ਉਸ ਦੇ ਲਈ ਉਹ ਆਪਣੀ ਪਿੱਠ ਥਾਪੜਨ ਲੱਗੇ ਆ ਤੇ ਜਿਹੜੇ ਐਗਜ਼ਿਸਟਿੰਗ ਸ਼ੈਲਟਰ ਮੈਨੇਜਮੈਂਟ ਸਿਸਟਮ ਆ ਉਸ ਨੂੰ ਉਹ ਅੰਡਰਸਟੈਂਡ ਨਹੀਂ ਕਰ ਰਹੇ ਸੋ ਕੈਪੀਟਲ ਦੇ ਵਿੱਚ ਇੱਕ ਨਵਾਂ ਜਿਹੜਾ ਯੁੱਧ ਦਾ ਕਹਿ ਸਕਦੇ ਆ ਬੈਟਲ ਆ ਸਿਟੀ ਅਧਿਕਾਰੀ ਤੇ ਜਿਹੜੇ ਇਥੋਂ ਦੇ ਡਿਸਟ੍ਰਿਕਟ ਟਾਨੀਆ ਉਹਨਾਂ ਦੇ ਦਰਮਿਆਨ ਸ਼ੁਰੂ ਹੋ ਚੁੱਕਾ ਹੈ ਜੀ ਬਿਲਕੁਲ ਸੈਕਰਮੈਂਟੋ ਐਲਗਰੋਵ ਇਹ ਏਰੀਆ ਹੋਮਲੈਸਨੈਸ ਨੂੰ ਲੈ ਕੇ ਇੰਨਾ ਜਿਆਦਾ ਮੈਸ ਅਪ ਹੋਇਆ ਹੈ ਲੋਕ ਉਥੇ ਬਹੁਤ ਤੰਗ ਹੈਗੇ ਆ ਅ ਸੋ ਡਿਸਟ੍ਰਿਕਟ ਟਾਨੀ ਨੇ ਧਮਕੀ ਦਿੱਤੀ ਆ ਸਿਟੀ ਅਫੀਸ਼ਰ ਨੂੰ ਵੀ ਭਾਈ ਦਵਾ-ਦਾਵੇ ਇਹਨਾਂ ਨੂੰ ਕਲੀਨ ਕਰੋ ਨਹੀਂ ਤਾਂ ਕ੍ਰਿਮੀਨਲ ਚਾਰजेस ਆਪਾਂ ਲਾਵਾਂਗੇ ਤੁਹਾਡੇ ਕਿਉਂਕਿ ਹੁਣ ਲੋਕਾਂ ਦੀ ਆਵਾਜ਼ ਆ ਰਹੀ ਆ ਬਹੁਤ ਵਾਰ ਸਾਡੇ ਵੀ ਸਰੋਤੇ ਸੁਣਦੇ ਹੋਣੇ ਵੀ ਯਾਰ ਇਹ ਵੀ ਬੜੇ ਹੋਮਲੈਸਨਸ ਦਾ ਇਸ਼ੂ ਚੱਕਦੇ ਆ ਤੇ ਆਪਾਂ ਜੀ ਸੈਕਰਮੈਂਟੋ ਦੀ ਗੱਲ ਕਰਦੇ ਜਾਈਏ ਸੈਕਰਮੈਂਟੋ ਅਮਰੀਕਨ ਰਿਵਰ ਦੇ ਲਾਗੇ ਬਿਲਕੁਲ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ 1470 ਏਐਮ ਦੇ ਟਾਵਰ ਦਾ 3 ਸਾਲ ਪਹਿਲਾਂ ਹੋਮਲੈਸ ਲੋਕਾਂ ਨੇ ਉਹ ਦੋ ਵਾਰ ਉੱਥੇ ਤੋੜੇ ਤੇ ਸਾਡੇ ਅੱਗ ਵੀ ਲਾਈ 70 ਤੋਂ 75000 ਡਾਲਰ ਦਾ ਸਾਡਾ ਨੁਕਸਾਨ ਹੋਇਆ ਤੇ ਕਈ ਦਿਨ ਉੱਥੇ ਰੇਡੀਓ ਬੰਦ ਵੀ ਰਿਹਾ ਸੀ ਉਸ ਟਾਈਮ ਤੇ ਹੁਣ ਤੁਸੀਂ ਦੱਸੋ ਕਿ ਕੀ ਸੀ ਥੋੜੇ ਜਿਹੇ ਡਾਲਰਾਂ ਦੀ ਕਾਪਰ ਦੀਆਂ ਉਹਨਾਂ ਨੇ ਸਮਾਨ ਚੋਰੀ ਕੀਤਾ ਤੇ ਜੋ ਕਿ ਸਾਨੂੰ ਜਿਹੜਾ 70-75 ਹਜ਼ਾਰ ਡਾਲਰ ਉਹਦਾ ਲੱਗਿਆ ਤੇ ਲੋਕਾਂ ਨੂੰ ਜਿਹੜੀ ਅਸੁਵਿਧਾ ਜਿਹੜੀ ਹੋਈ ਉਹ ਵੱਖਰੀ ਸੋ ਲੋਕ ਇਸ ਇਸ਼ੂ ਤੋਂ ਤੰਗ ਬਹੁਤ ਆਏ ਹੋਏ ਹੈਗੇ ਆ